ਪੰਜਾਬੀ ਇੰਡਸਟਰੀ ਦੀ ਅਜਿਹੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਸ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਬੜੀ ਕਨਫਿਊਜ਼ਨ ਹੈ। ਕਨਫਿਊਜ਼ਨ ਇਹ ਹੈ ਕਿ ਵਿਆਹੇ ਹੋਏ ਨੇ ਜਾਂ ਹਾਲੇ ਤੱਕ ਵਿਆਹ ਹੀ ਨਹੀਂ ਹੋਇਆ ਤੇ ਕਨਫਿਊਜ਼ ਕਰਕੇ ਰੱਖਿਆ ਲੋਕਾਂ ਨੂੰ ਤੇ ਸੱਚਾਈ ਜਾਣ ਲੈਂਦੇ ਆ। ਪਰਦਾ ਤਾਂ ਇਹ ਆ ਵੀ ਇਹ ਬਹੁਤ ਥਾਵਾਂ ਤੇ ਸਵਾਲ ਹੁੰਦਾ ਹੈ ਤੇ ਇਸੇ ਤਰ੍ਹਾਂ ਕਈ ਵਾਰੀ ਪਿੰਡ 'ਚ ਬੁੜੀਆਂ ਵੀ ਪੁੱਛ ਲੈਂਦੀਆਂ ਤਾਂ ਇੱਕ ਮੈਨੂੰ ਪੁੱਛਦੀ ਬਈ ਭਾਈ ਤੇਰੇ ਕੋਲ ਨਾ ਇੱਕ ਗੱਲ ਪੁੱਛਣੀ ਹੈ। ਕਹਿੰਦੀ ਬਾਈ ਤੇਰੇ ਕੋਲ ਨਾ ਇੱਕ ਗੱਲ ਪੁੱਛਣੀ ਹੈ। ਮੈਂ ਕਿਹਾ ਜੀ ਪੁੱਛੋ। ਕਹਿੰਦੀ ਵੀ ਅਸੀਂ ਇਹ ਦੇਖਣਾ ਵੀ ਤੂੰ ਵਿਆਹਿਆ ਹੈ ਕਿ ਛੜਾ ਹੈ। ਮੈਂ ਕਿਹਾ ਜੀ ਤੁਹਾਨੂੰ ਕੀ ਲੱਗਦਾ। ਕਹਿੰਦੀ ਬਾਈ ਤੂੰ ਛੜਾ ਹੈ। ਮੈਂ ਕਿਹਾ ਵੀ ਤੈਨੂੰ ਕਿਵੇਂ ਪਤਾ। ਕਹਿੰਦੀ ਮੈਂ ਤੇਰੀ ਅੱਖ ਦੇਖ ਕੇ ਦੱਸਦਾ ਵੀ ਤੂੰ ਛੜਾ। ਮੈਂ ਕਿਹਾ ਕਮਾਲ ਹੈ, ਅੱਖ ਦੇਖ ਕੇ ਤੁਸੀਂ ਕਿਵੇਂ ਦੱਸਦਾ ਵੀ ਮੈਂ ਛੜਾ। ਕਹਿੰਦੀ ਨਾ ਬਾਈ ਜਿਹੜੀ ਨਾ ਤੇਰੀ ਅੱਖ ਹੈ, ਤੇਰੀ ਅੱਖ ਨਾ ਲੁੱਚੀ ਜੀ ਅੱਖ ਹੈ। ਉਹ ਮੈਂ ਕਿਹਾ ਕਮਾਲ ਕਰੀ ਜਾਂਦੇ ਹੋ ਤੁਸੀਂ, ਮੈਂ ਤਾਂ ਹੁਣ ਤੱਕ ਆਪਦੀ ਨਜ਼ਰ ਸਮਝੀ ਗਿਆ ਵੀ ਗੁੱਗੂ ਗਿੱਲ ਵਰਗੀ ਝਾਕ ਹੈ ਮੇਰੀ। ਸੋ ਇਸ ਤਰ੍ਹਾਂ ਦੇ ਮਿਲ ਜਾਂਦੇ ਆ। ਮੈਂ ਥੋੜ੍ਹਾ ਜਿਹਾ ਵੀ ਦੱਸ ਦਿਆਂ ਕਿ ਭਾਈ ਵਿਆਹੇ ਵਰੇ ਆ, ਬਾਲ ਬੱਚਿਆਂ ਵਾਲੇ ਆ, ਛੜਾ ਬਣਨ ਦਾ ਤਾਂ ਸ਼ੌਕ ਹੈ ਜਦੋਂ ਬੰਦਾ ਵਿਆਹਿਆ ਵਰਿਆ ਜਾਂਦਾ ਕਬੀਲਦਾਰੀ 'ਚ ਹੋ ਜਾਂਦਾ ਤਾਂ ਉਸ ਤੋਂ ਬਾਅਦ ਹੁਣ ਇਹ ਹੁੰਦਾ ਵੀ ਕਾਸ਼ ਛੜੇ ਹੁੰਦੇ। ਚਲੋ ਊਂ ਤਾਂ ਨਹੀਂ ਹੋ ਸਕਦੇ, ਘੱਟੋ ਘੱਟ ਫਿਲਮਾਂ ਦੇ ਵਿੱਚ ਤਾਂ ਛੜੇ ਦਾ ਰੋਲ ਕਰਕੇ ਆਪਦੀ ਸੰਤੁਸ਼ਟੀ ਕਰ ਲਈ। ਦੇਖੋ ਗੱਲ ਤਾਂ ਮਤਲਬ ਚਲੋ ਉਹਨੇ ਨੋਰਮਲ ਕੀਤੀ ਹੈ, ਪਰ ਨਾ ਜਦੋਂ ਕਿਸੇ ਗੱਲ ਨੂੰ ਆਪਾਂ ਚੱਕ ਲੈਂਦੇ ਹਾਂ ਤਾਂ ਫਿਰ ਗੱਲ ਚੱਕੀ ਜਾਂਦੀ ਹੈ ਨਾ। ਤਾਂ ਮੈਂ ਸਮਝਦਾ ਵੀ ਉਹਨੂੰ ਪਤਾ ਹੈ ਕਿ ਜਦੋਂ ਅਸੀਂ ਕੋਈ ਦਾੜੀ ਮੁੱਛ ਦੀ ਗੱਲ ਜਦੋਂ ਕਰਨੀ ਹੈ ਨਾ ਤਾਂ ਉਹਦੇ ਉੱਤੇ ਬਹੁਤ ਸੰਭਲਣਾ ਪੈਂਦਾ। ਇਹ ਜਿਹੜਾ ਸਿੱਖੀ ਨਾਲ ਡਾਇਰੈਕਟ ਰਿਲੇਟਡ ਹੈ ਉਸ ਪੁਆਇੰਟ ਨੂੰ ਬੜਾ ਸੋਚ ਸਮਝ ਕੇ ਬੋਲਣਾ ਪੈਂਦਾ। ਪਰ ਐਂ ਆ ਵੀ ਬਸ ਕਈ ਵਾਰੀ ਫਲੋ ਦੇ ਵਿੱਚ ਬੜਾ ਕੁਛ ਨਿਕਲ ਜਾਂਦਾ ਮੂੰਹ ਹੈ ਨਾ, ਕਲਾਕਾਰ ਦੇ ਮੂੰਹ ਬੜਾ ਕੁਛ ਨਿਕਲ ਜਾਂਦਾ। ਪਰ ਮੇਰੇ ਖਿਆਲ ਅੱਜ ਤੱਕ ਜਿਹੜਾ ਭਾਰਤੀ ਉਹਨੇ ਕੋਈ ਮਾਫ਼ੀ ਮੰਗ ਕੇ ਜੇ ਸਾਹਮਣੇ ਨਹੀਂ ਆਈ, ਕਿਉਂਕਿ ਮੈਂ ਮਾਫ਼ੀ ਮੰਗ ਲਈ। ਉਹਨੇ ਅਗਰ ਮਾਫ਼ੀ ਮੰਗ ਲਈ ਹੈ ਤਾਂ ਇਹ ਮਾਫ਼ੀ ਤੋਂ ਵੱਡਾ ਤਾਂ ਹੋਰ ਹੈ ਹੀ ਕੁਛ ਨਹੀਂ ਜਿਹੜੇ ਮਾਫ਼ੀ ਮੰਗ ਲਈ ਹੈ। ਇਟ ਮੀਨਸ ਕਿਉਂਕਿ ਕਲਾਕਾਰਾਂ ਦਾ ਤਾਂ ਇਹ ਕਦੇ ਵੀ ਨਹੀਂ ਹੁੰਦਾ ਕਿ ਉਹ ਲੋਕਾਂ ਦਾ ਦਿਲ ਦਿਖਾਉਣ, ਕਿਸੇ ਇੱਕ ਵਰਗ ਦੇ ਲੋਕਾਂ ਦਾ ਕੋਈ ਦਿਲ ਦਿਖਾਉਣ। ਅਸੀਂ ਤਾਂ ਲੋਕਾਂ ਨੂੰ ਹਸਾਉਣਾ, ਜਿਵੇਂ ਭਾਰਤੀ ਹੈ ਉਹ ਲੋਕਾਂ ਨੂੰ ਹਸਾਉਂਦੀ ਹੈ। ਹਾਂ ਬਿਲਕੁਲ ਜੀ, ਦੇ ਦੇਣੀ ਚਾਹੀਦੀ। ਕਲਾਕਾਰਾਂ ਕੋਲੋਂ ਅਕਸਰ ਗਲਤੀਆਂ ਹੁੰਦੀਆਂ, ਕਲਾਕਾਰਾਂ ਨੂੰ ਮਾਫ਼ ਕਰ ਦਿਆ ਕਰੋ, ਜਦੋਂ ਮਾਫ਼ੀ ਮੰਗ ਲੈਂਦੇ ਮਾਫ਼ ਕਰ ਦਿਆ ਕਰੋ ਤਾਂ ਕਿ ਅੱਗੇ ਤੋਂ ਵੀ ਉਹ ਜਿਹੜੇ ਜਿਹਦੇ 'ਤੇ ਇੱਕ ਵਾਰੀ ਕੋਈ ਇਲਜ਼ਾਮ ਆ ਜਾਂਦਾ ਨਾ ਜੀ ਉਹ ਫਿਰ ਅੱਗੇ ਤੋਂ ਜ਼ਰਾ ਸੰਭਲ ਕੇ ਬੋਲਦਾ। ਜਦੋਂ ਨਾਮ ਹੋ ਜਾਂਦਾ ਕਿਸੇ ਦਾ ਤਾਂ ਉਹਨੂੰ ਕੈਸ਼ ਹਰ ਬੰਦਾ ਹੀ ਕਰਨਾ ਚਾਹੁੰਦਾ ਕਿ ਅਸੀਂ ਉਹਨੂੰ ਕੈਸ਼ ਕਰੀਏ ਹੈ ਨਾ। ਤਾਂ ਫਿਲਮਾਂ ਦੇ ਵਿੱਚ ਵੀ ਜਿਵੇਂ ਅੱਜ ਕੱਲ੍ਹ ਜ਼ਿਆਦਾ ਕੋਮੇਡੀ ਫਿਲਮਾਂ ਹੀ, ਮਸਾਲਾ ਫਿਲਮਾਂ ਹੀ ਚੱਲ ਰਹੀਆਂ ਤਾਂ ਲੋਕ ਇਹ ਵੀ ਰੌਲਾ ਪਾਉਂਦੇ ਆ ਕਿ ਆਪਣਾ ਤਾਂ ਜਿਹੜਾ ਮੈਟਰ ਬਹੁਤ ਪਿਆ। ਡੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ, ਮੈਂ ਹਾਂ ਜਸਨੂਰ ਤਵਨ। ਅੱਜ ਪੰਜਾਬੀ ਇੰਡਸਟਰੀ ਦੀ ਅਜਿਹੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਸ ਨੂੰ ਲੈ ਕੇ ਲੋਕਾਂ ਦੇ ਮਨ ਵਿੱਚ ਬੜੀ ਕਨਫਿਊਜ਼ਨ ਹੈ। ਕਨਫਿਊਜ਼ਨ ਇਹ ਹੈ ਕਿ ਵਿਆਹੇ ਹੋਏ ਨੇ ਜਾਂ ਹਾਲੇ ਤੱਕ ਵਿਆਹ ਹੀ ਨਹੀਂ ਹੋਇਆ ਤੇ ਕਨਫਿਊਜ਼ ਕਰਕੇ ਰੱਖਿਆ ਲੋਕਾਂ ਨੂੰ ਤੇ ਸੱਚਾਈ ਜਾਣ ਲੈਂਦੇ ਆ। ਤਾਂ ਮੈਂ ਦੇਰੀ ਦੇ ਸਵਾਗਤ ਕਰਦੇ ਹਾਂ ਗੁਰਮੀਤ ਸਾਜਨ ਜੀ, ਮੇਰੇ ਨਾਲ ਇਸ ਵਕਤ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬੀ। ਥੈਂਕ ਯੂ ਜੀ, ਥੈਂਕ ਯੂ। ਤੁਹਾਡਾ ਬਹੁਤ ਬਹੁਤ ਧੰਨਵਾਦ, ਡੇਲੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ, ਔਰ ਤੁਹਾਡਾ, ਤੁਸੀਂ ਇੱਥੇ ਆਏ ਹੋ, ਸਾਡੀ ਅੱਜ ਸ਼ੂਟਿੰਗ ਚੱਲ ਰਹੀ ਹੈ ਔਰ ਤੁਸੀਂ ਆਏ ਹੋ, ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਸ਼ੁਕਰੀਆ। ਪਰਦਾ ਕਦੋਂ ਚੱਕੋਗੇ, ਕਿ ਛੜੇ ਹੀ ਹੋ ਕਿ ਵਿਆਹ ਹੋ ਗਿਆ? ਹਾਂ ਜੀ, ਪਰਦਾ ਤਾਂ ਇਹ ਆ ਵੀ ਇਹ ਬਹੁਤ ਥਾਵਾਂ 'ਤੇ ਸਵਾਲ ਹੁੰਦਾ ਅਤੇ ਇਸੇ ਤਰ੍ਹਾਂ ਕਈ ਵਾਰੀ ਪਿੰਡ 'ਚ ਬੁੜੀਆਂ ਵੀ ਪੁੱਛ ਲੈਂਦੀਆਂ ਤਾਂ ਇੱਕ ਮੈਨੂੰ ਪੁੱਛਦੀ ਬਈ ਭਾਈ ਤੇਰੇ ਕੋਲ ਨਾ ਇੱਕ ਗੱਲ ਪੁੱਛਣੀ ਹੈ। ਕਹਿੰਦੀ ਬਾਈ ਤੇਰੇ ਕੋਲ ਨਾ ਇੱਕ ਗੱਲ ਪੁੱਛਣੀ ਹੈ। ਮੈਂ ਕਿਹਾ ਜੀ ਪੁੱਛੋ। ਕਹਿੰਦੀ ਵੀ ਅਸੀਂ ਇਹ ਦੇਖਣਾ ਵੀ ਤੂੰ ਵਿਆਹਿਆ ਹੈ ਕਿ ਛੜਾ ਹੈ। ਮੈਂ ਕਿਹਾ ਜੀ ਤੁਹਾਨੂੰ ਕੀ ਲੱਗਦਾ। ਕਹਿੰਦੀ ਬਾਈ ਤੂੰ ਛੜਾ ਹੈ। ਮੈਂ ਕਿਹਾ ਵੀ ਤੈਨੂੰ ਕਿਵੇਂ ਪਤਾ। ਕਹਿੰਦੀ ਮੈਂ ਤੇਰੀ ਅੱਖ ਦੇਖ ਕੇ ਦੱਸਦਾ ਵੀ ਤੂੰ ਛੜਾ। ਮੈਂ ਕਿਹਾ ਕਮਾਲ ਹੈ, ਅੱਖ ਦੇਖ ਕੇ ਤੁਸੀਂ ਕਿਵੇਂ ਦੱਸਦਾ ਵੀ ਮੈਂ ਛੜਾ। ਕਹਿੰਦੀ ਨਾ ਬਾਈ ਜਿਹੜੀ ਨਾ ਤੇਰੀ ਅੱਖ ਹੈ, ਤੇਰੀ ਅੱਖ ਨਾ ਲੁੱਚੀ ਜੀ ਅੱਖ ਹੈ। ਉਹ ਮੈਂ ਕਿਹਾ ਕਮਾਲ ਕਰੀ ਜਾਂਦੇ ਹੋ ਤੁਸੀਂ, ਮੈਂ ਤਾਂ ਹੁਣ ਤੱਕ ਆਪਦੀ ਨਜ਼ਰ ਸਮਝੀ ਗਿਆ ਵੀ ਗੁੱਗੂ ਗਿੱਲ ਵਰਗੀ ਝਾਕ ਹੈ ਮੇਰੀ। ਸੋ ਇਸ ਤਰ੍ਹਾਂ ਦੇ ਮਿਲ ਜਾਂਦੇ ਆ। ਮੈਂ ਥੋੜ੍ਹਾ ਜਿਹਾ ਵੀ ਦੱਸ ਦਿਆਂ ਕਿ ਭਾਈ ਵਿਆਹੇ ਵਰੇ ਆ, ਬਾਲ ਬੱਚਿਆਂ ਵਾਲੇ ਆ, ਛੜਾ ਬਣਨ ਦਾ ਤਾਂ ਸ਼ੌਕ ਹੈ ਜਦੋਂ ਬੰਦਾ ਵਿਆਹਿਆ ਵਰਿਆ ਜਾਂਦਾ ਕਬੀਲਦਾਰੀ 'ਚ ਹੋ ਜਾਂਦਾ ਤਾਂ ਉਸ ਤੋਂ ਬਾਅਦ ਹੁਣ ਇਹ ਹੁੰਦਾ ਵੀ ਕਾਸ਼ ਛੜੇ ਹੁੰਦੇ। ਚਲੋ ਊਂ ਤਾਂ ਨਹੀਂ ਹੋ ਸਕਦੇ, ਘੱਟੋ ਘੱਟ ਫਿਲਮਾਂ ਦੇ ਵਿੱਚ ਤਾਂ ਛੜੇ ਦਾ ਰੋਲ ਕਰਕੇ ਆਪਦੀ ਸੰਤੁਸ਼ਟੀ ਕਰ ਲਈ ਦੀ। ਸਵਾਲ ਪੁੱਛਣਾ ਚਾਹਾਂਗੀ ਕਾਮੇਡੀ ਦੇ ਨਾਲ ਜੁੜਿਆ ਹੋਇਆ, ਤੁਸੀਂ ਕਾਮੇਡੀ ਕਰਦੇ ਹੋ, ਹਾਲ ਹੀ ਦੇ ਵਿੱਚ ਕਮੇਡੀਅਨ ਭਾਰਤੀ ਸਿੰਘ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਕਈ ਵਾਰ ਇਹ ਕਹਿ ਦਿੰਦੇ ਕਿ ਸਕ੍ਰਿਪਟਿਡ ਸੀਗਾ, ਉਹਨਾਂ ਨੂੰ ਬੋਲਣ ਲਈ ਕਹਿ ਦਿੱਤਾ ਜਾਂਦਾ ਹੈ। ਕਈ ਲੋਕ ਇਹ ਕਹਿੰਦੇ ਕਿ ਸਕ੍ਰਿਪਟਿਡ ਨਹੀਂ ਸੀਗਾ, ਉਹਨੇ ਜਾਣਬੁੱਝ ਕੇ ਕਮਿਊਨਿਟੀ ਨੂੰ ਟਾਰਗੇਟ ਕੀਤੇ। ਤੁਸੀਂ ਵੀਡੀਓ ਸੁਣੀ ਹੈ?
देखो मैं वीडियो सुनी है और की लग्या वीडियो सुन के देखो गल तो मतलब चलो उन्हें नॉर्मल की है पर ना जो किसी गल न चक लें तो फिर गल चक्की जाती है ना तो मैं समझदा भी उन्होंने पता है कि जो असी कोई दाढ़ी मुछ की गल जो करनी है ना तो वो उत्ते बहुत संभलना पैंदा ये जेड़ा सिक्खी नाल डायरेक्ट रिलेटड है उस पॉइंट नूं बड़ा सोच समझ के बोलना पैंदा। असी भी जब लिखते हैं तो लिखण वेले भी असी पूरा ध्यान रखीदा भी यार घट्टो घट्ट जिहड़ा साडी जिहड़ी पंजाबीयत है जां साडे जिहड़े पंजाब नूं जां साडी सिक्खी नूं जां पंजाब दे लोकां नूं साडी मां बोली दे उपर कोई किसी किस्म का कमेंट ना आए उन्होंने ये ना लगे कि यार आ इन्होंने की लिखता आ की बोलिया। सो देखो ध्यान तो रखते हैं सक्रिप्टड बेशक होंदा है बड़ा कुछ होंदा है पर नहीं असी मना कर सकते होंने असी मना कर दें कि नहीं भाजी सॉरी ये नहीं बोलांगे ये ठीक नहीं है इनू आए जे बोल दें है ना तो उन्होंने होर थोड़ा ठीक करके बोल दिता जाता तो वह ठीक हो जाता है पर आए भी बस कई बार फ्लो दे बड़ा कुछ निकल जाता मूँह है ना कलाकार दे मूँह बड़ा कुछ निकल जाता है पर मेरा ख्याल अज तक जो भारती उन्हें कोई माफ़ी मांग के अच्छे सामने नहीं आई क्योंकि मैं माफ़ी मांग ली उन्हें अगर माफ़ी मांग ली है तो ये माफ़ी तो व्डा तो होर है ही कुछ नहीं जिन्हें माफ़ी मांग ली है इट मीनस क्योंकि कलाकारा का तो यह कदे भी नहीं होंगे कि वह लोगों का दिल दिखा किसी एक वर्ग के लोगों का कोई दिल दिखा असी तो लोगों को हसाना जिवें भारती है वह लोगों को हसाती है। हाँ बिल्कुल जी दे देनी चाहिए कलाकारों को अक्सर गलतियां होंदिया कलाकारों को माफ़ कर दिया करो जो माफ़ी मंग लेंदे माफ़ कर दिया करो ता कि अगे तो भी वो जड़े जिदे ते एक बारी कोई इल्ज़ाम आ जाता ना जी वो फिर अगे तो जरा संभल के बोलता है इस चीज़ बारे कि अगर मैं दाढ़ी मुछ पग बारे या केसा बारे या सिक्खी बारे या किसी होर धर्म बारे है ना जी और मैं गल करा तो मैनू मैं संभल के गल करा चाहे मैं फ्लो च गल कर रहा तो मैं संभल के गल करनी चाहिए। मतलब असी लोगों ना गल की तो लोग कहें कि कई बार टीआरपी लिए आर्टिस्ट ये सब करते हैं कि टीआरपी मिलेगी शो नू शो पॉपुलर होएगा तो नहीं मैं सस कुटनी तो विवाद खड़ा होंगे हाँ। तो उदों भी यह कहा जाता है कि ये टीआरपी लिए विवाद खड़ा किया गया सी ते तुहानू लगदा कि आर्टिस्ट ते प्रेशर होंगे कि तुसी आ बोलो कि तां साडे शो नू टीआरपी मिलेगी तुसी फेमस होवोगे नहीं ऐसी तो नहीं गल हुंदी ते गल हुंदी भी है पर बहुत रेयर हुंदी है ठीक है ना गल तो किसी ने चलो गल चक ली तो उस गल ते जो बहस होगी तो वह ऐटोमैटिकली फिर जिन्ने मूँह उन्निया गल्लां फिर बहुत सारे मूँह हो जाते फिर बहुत सारिया गल्लां हो जांदियां आखिर वह गल किते ना किते जाके खत्म हो जाती खत्म कित्थे हुंदी है माफ़ीनामे ते है ना जी समझौता कर लिया दिता जाता है तो सस कुटनी के उपर भी जो गुरप्रीत घोगी भाजी ने सारा गलबात आर्टिस्टा ने जाके साड़ी जो एसोसीएशन है उन्होंने गल की है जाके तो मतलब वो ठीक है वो सहमत हो गया जी हाँ सानू पता लग गया भी ठीक है कोई ऐसी गल नहीं है ना। इस तो बाद होर केड़े प्रोजेक्ट्स आने वाले उदे ते चर्चा करेंगे इस तो बाद होर केड़े केड़े प्रोजेक्ट्स नाल स्क्रीन ते देखोगे देखो प्रोजेक्ट तो जिवें हुण टैलीविजन फिल्म आने वाली है सिमरजीत भाजी की है ना जी सो वो भी है और जट्स लैंड आ रही है वो फिल्म रिलीज़ हो रही है और जल्दी फिल्म रिलीज़ होगी जड़ी है लौंग लाची टू वो भी फिल्म होनी है और होर सारिया गुड लक जट्टा है सो फिल्म तो जी सुख नाल ढेर लगा पिया तो बस वो जो चल पिया आन लग गई हूँ सिनेमे तो चल पिया दौर हूँ जोड़ा ये सुनहरी है ना जोड़ा वो हूँ गुड है बहुत वधिया बैठो तुसी प्लीज़ तो बहुत अच्छा हूँ जोड़ा चल रहा जोड़ा दौर पंजाबी फिल्म इंडस्ट्री का जिमें सौंकण सौंकने और सस कुटनी और उस तो बाद भी जड़िया होर फिल्म काफ़ी अपन सुपर डुपर हिट गई फिल्म सो दौर बहुत अच्छा है जी बहुत वधिया चल रहा बॉलीवुड जो बॉलीवुड में कॉपी करता है कई गाने पंजाबी सिंगर ही जाके बॉलीवुड में ही गाते जो पंजाबी म्यूजिक इंडस्ट्री हिट हो चुके हैं उदो माण महसूस होंगे कि पंजाबी सिनेमा ने बल्ले बल्ले कराती देखो जी सानू ही नहीं हुंदा मैं समझदा भी जो पंजाबी है हर पंजाबी नूं इह माण महसूस हुंदा है कि जो साडी गायकी है जो साडी पंजाबीयत है जिहड़ी तां उह सब दे उपर सिर चढ़ के बोल रही है ना और लोग उहदे ते नच टप रहे है और खुशियां मना रहे है इहदे नाल वड्डी गल होर की है। ये भी गल करते कि पंजाबी इंडस्ट्री ग्रुपिज़म बहुत छा गया है कई ग्रुप्स बन गए हैं वो नवे कलाकारों को टाइम ही नहीं देंगे मौका ही नहीं देंगे थोड़े मतलब अजय पुराने समय की गल करिए तो स्ट्रगल बहुत जरूर होंगी सी पर मौका जरूर मिल जाता सी अजकल कॉम्पीटिशन इन्ना ज़्यादा है और मोनोपोली धार ली है कई ग्रुप्स ने तो लगता है कि थोड़े तक भी कोई आर्टिस्ट ने पहुँच की हो कि दसिया हो कि असं इतने अगे आना है बट सूँ मौका नहीं मिल रहा। देखो
मैं समझदा भी तुहाडे विच ना जिहड़ा कला दा जिहड़ा होना चाहिए कुछ तां कोई भी है ग्रुप कुछ भी है जिथे जिथे तुसी आउणा है जिथे गुरमीत साजन की लोड़ है ना उत्थे गुरमीत साजन ही आएगा उन्होंने लियाना ही पेगा। ग्रुपरिज्म का भी देखो ग्रुपरिज्म का मतलब ये होंगे कि एक ग्रुप बन जाता जिवें साडा भी एक ग्रुप है ना जी। तो वो ग्रुप के जिहड़े आर्टिस्ट है तो पहला सानू वो पूरने पैंदे पे सानू है ना पूरे करने पैंदे हाँ इहनू इहनू आह 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 करैक्टर वो उहनू दे दित्ते जांदे आ फिर कदे जद कोई उहनू पता लगता कि हुण अपने दे विच यार आह करैक्टर बैठा जिहड़ा ये इहदे करैक्टर दे अकॉर्डिंग ठीक नहीं है तो फिर सानू कोई ना कोई बाहरों जिहड़ा हायर करना पैंदा बाहरों लियाउणा पैंदा। तो हर वारी असीं वी तां हर बंदा इह चाहुंदा कि यार मेरा जिहड़ा ग्रुप है वह हर फिल्म 'च दिखाई ना देवे मैं कुछ नवां देवां है ना बेशक उहदा हीरो कोई होवे तां उह कहिंदा मैं जिहड़ा ग्रुप अपना मैं कुछ नवां उह दिंदा अगर उहदे 10 बंदे आ तां विच 5 कुछ नवें लै के 5 विच आप दे ला के उह तां ही हो जांदा। वैसे ग्रुपरिज्म तां देखो सब दा हुण ग्रुप तुसीं गिण लो चाहे हुण तुसीं मजोरिटी गिण लो कि उह अपने आप बणाउंदे आ सारे उहदा साथ देण वाले हुंदे आ कम करन वाले देखो कम बहुत वड्डा बंदे बहुत चाहीदे आ फिल्म इंडस्ट्री पंजाबी फिल्म जदों बणदी आ तां बंदा बहुत चाहीदा आपां नूं जिहड़ा साडा काम संभाल सके जिहड़ा काम चला सके तां उह फिर उह हर वारी तां नवें बंदे बनाए नहीं जांदे। सो जिहड़ा ग्रुपरिज्म दा मतलब तो यही है जी वी बस उह उहनां उहने 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 बंदे आ जिहड़े उह काम करी जांदे आ कोई विच 2-4 आ के नवें भी ऐड हो जांदे जदों उह कोई फिल्म बणाउंदे आ। ਕਹਿੰਦੇ ਕਿ ਜਿਹੜੇ ਜਿਨ੍ਹਾਂ ਨੇ ਮਿਹਨਤ ਕੀਤੀ ਥੀਏਟਰ ਵਗੈਰਾ ਕਰਕੇ ਉਹ ਵਿਚਾਰੇ ਪਿੱਛੇ ਰਹਿ ਗਏ ਕੱਲ੍ਹ ਨੂੰ ਜਿਹੜੇ ਨਵੇਂ ਸਿੰਗਰ ਆਏ ਉਹ ਲੀਡ ਰੋਲ 'ਤੇ ਆਈ ਜਾਂਦੇ। ਦੇਖੋ ਪਤਾ ਕੀ ਹੈ ਇਹ ਜਿਹੜੀ ਜਿਹੜਾ ਨਾਮ ਹੁੰਦਾ ਨਾ ਜੀ ਜਦੋਂ ਨਾਮ ਹੋ ਜਾਂਦਾ ਕਿਸੇ ਦਾ ਤਾਂ ਉਹਨੂੰ ਕੈਸ਼ ਹਰ ਬੰਦਾ ਹੀ ਕਰਨਾ ਚਾਹੁੰਦਾ ਕਿ ਅਸੀਂ ਉਹਨੂੰ ਕੈਸ਼ ਕਰੀਏ ਹੈ ਨਾ। ਤਾਂ ਫਿਲਮਾਂ ਦੇ ਵਿੱਚ ਵੀ ਜਿਵੇਂ ਅੱਜ ਕੱਲ੍ਹ ਜ਼ਿਆਦਾ ਕੋਮੇਡੀ ਫਿਲਮਾਂ ਹੀ ਮਸਾਲਾ ਫਿਲਮਾਂ ਹੀ ਚੱਲ ਰਹੀ ਹੈ ਤਾਂ ਲੋਕ ਇਹ ਵੀ ਰੌਲਾ ਪਾਉਂਦੇ ਆ ਕਿ ਆਪਣਾ ਤਾਂ ਜਿਹੜਾ ਮੈਟਰ ਬਹੁਤ ਪਿਆ ਆਪਣੀ ਜਿਹੜਾ ਇਹਦੇ ਵਿੱਚ ਤਾਂ ਉਹ ਫਿਰ ਬਸ ਆਹ ਚੱਕਰ ਹੈ ਕਿ ਜਿਹੜਾ ਫਿਲਮ ਜਿਹੜੀ ਬਣਦੀ ਹੈ ਨਾ ਜਦੋਂ ਤਾਂ ਉਦੋਂ ਅਗਲਾ ਇਹੀ ਕਹਿੰਦਾ ਕਿ ਯਾਰ ਮੈਂ ਕੋਮੇਡੀ ਬਣਾਵਾਂ ਥੀਏਟਰ ਵਾਲੇ ਜਿਹੜੇ ਲੋਕ ਆ ਬਹੁਤ ਆਏ ਹੋਏ ਆ ਐਸੀ ਗੱਲ ਨਹੀਂ ਹੈ ਥੀਏਟਰ ਵਾਲੇ ਨੂੰ ਮੌਕਾ ਮਿਲਦਾ ਕਿਉਂਕਿ ਥੀਏਟਰ ਵਾਲੇ ਜਿਹੜੇ ਐਕਟਰ ਬੜੇ ਖੁੱਲ੍ਹੇ ਐਕਟਰ ਹੁੰਦੇ ਆ ਉਹ ਅਤੇ ਮਤਲਬ ਉਹਨਾਂ ਨੂੰ ਮੌਕਾ ਮਿਲਦਾ ਮੈਂ ਨਾਮ ਮੈਂ ਗਿਣਾ ਸਕਦਾ ਪਰ ਹੁਣ ਮੈਥੋਂ ਗਿਣਾ ਹੀ ਨਹੀਂ ਜਾਣੇ ਬੜੇ ਮੁੰਡੇ ਆ ਜਿਹੜੇ ਥੀਏਟਰ ਕਰਦੇ ਸੀ ਔਰ ਥੀਏਟਰ ਤੋਂ ਬਾਅਦ ਉਹ ਸਿੱਧੇ ਆਏ ਆ ਉਹ ਹੀਰੋ ਵੀ ਆਏ ਉਹ ਗਾਇਕ ਵੀ ਨਹੀਂ ਹੈ ਜਿਵੇਂ ਮਤਲਬ ਆਪਣਾ ਹਰੀਸ਼ ਵਰਮਾ ਹੈ ਨਾ ਜੀ ਚਲੋ ਉਹ ਕੋਈ ਗਾਇਕ ਥੋੜ੍ਹੀ ਸੀ ਉਹ ਥੀਏਟਰ ਦੇ ਹੀ ਮੁੰਡਾ ਸੀ ਤਾਂ ਉਹ ਉਹਦੇ 'ਚ ਆਇਆ ਤਾਂ ਅਗਲੇ ਨੂੰ ਜਦੋਂ ਪਹਿਲਾਂ ਹੀ ਮਿਲਦਾ ਨਾ ਕਿ ਨਾਮ ਸਾਨੂੰ ਮਿਲਿਆ ਹੋਇਆ ਯਾਰ ਇਹਦਾ ਨਾਂ ਹੈਗਾ ਇਹਨੂੰ ਲੈ ਲਓ ਲੋਕ ਇਹਨੂੰ ਦੇਖਣ ਆਉਣਗੇ ਹਾਂ ਮਤਲਬ ਨਾਮ ਤਾਂ ਵਿਕਦਾ ਹੀ ਆ ਉਹ ਤਾਂ ਹਰ ਇੱਕ ਦਾ ਹੀ ਵਿਕਦਾ ਕੋਈ ਜ਼ਰੂਰੀ ਨਹੀਂ ਪੰਜਾਬੀ ਫਿਲਮ ਇੰਡਸਟਰੀ ਐਕਟਰਾਂ ਦਾ ਜਿਸ ਬੰਦੇ ਦਾ ਜਿੱਥੇ ਨਾਂ ਉਹ ਉੱਥੇ ਹੀ ਵਿਕਦਾ। ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਓਕੇ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਸੋ ਇਸੇ ਸਾਡੇ ਨਾਲ ਗੁਰਮੀਤ ਸਾਜਨ ਜੀ ਜਿਨ੍ਹਾਂ ਨੇ ਦੱਸਿਆ ਕਿ ਮੂਵੀ ਦੇ ਵਿੱਚ ਕਿਹੜਾ ਕਿਰਦਾਰ ਨਿਭਾਉਣ ਵਾਲੇ ਨੇ ਔਰ ਹਮੇਸ਼ਾ ਫੁੱਫੜ ਦਾ ਕਿਰਦਾਰ ਕਿਉਂ ਨਿਭਾਉਂਦੇ ਨੇ ਉਸ ਦੇ ਬਾਰੇ ਵੀ ਪਰਦਾ ਚੱਕਿਆ। ਸੋ ਉਮੀਦ ਹੈ ਤੁਹਾਨੂੰ ਇਹ ਇੰਟਰਵਿਊ ਪਸੰਦ ਆਈ ਹੋਵੇਗੀ। ਕੈਮਰਾ ਪਰਸਨ ਹਰਦੀਪ ਦੇ ਨਾਲ ਜਸਨੂਰ ਤਵਨ ਡੇਲੀ ਪੋਸਟ ਪੰਜਾਬੀ।